ਬੈਠੇ ਕਿਸਾਨ ਭਰਾਵੋ, ਤੁਹਾਨੂੰ ਇੱਕ ਬੇਨਤੀ ਕਰਦੇ ਹਾਂ ਕਿ ਦਿੱਲੀ ਵਾਲਾ ਮੋਰਚਾ ਚੱਲਦੇ ਨੂੰ 6 ਮਹੀਨੇ ਹੋ ਗਏ। ਅਸੀਂ ਟਿਕਰੀ ਬਾਰਡਰ ਤੋਂ ਪਕੌੜਾ ਚੌਂਕ ਬੀਬੀ ਗੁਲਾਬ ਕੌਰ ਸਟੇਜ ਤੋਂ ਬੋਲਦੇ ਹਾਂ। ਮੈਂ ਜੋਗਿੰਦਰ ਸਿੰਘ ਉਗਰਾਹਾਂ, ਸੂਬਾ ਪ੍ਰਧਾਨ ਭਾਰਤੀ ਕਿਸਾਨ ਏਕਤਾ ਉਗਰਾਹਾਂ ਦਾ ਪ੍ਰਧਾਨ ਬੋਲਦਾ। ਅਸੀਂ 6 ਮਹੀਨਿਆਂ ਤੋਂ ਮੋਰਚੇ 'ਚ ਬੈਠੇ ਹਾਂ। ਮੋਰਚਾ ਬਹੁਤ ਸਮੁੱਥ ਚੱਲੀ ਜਾਂਦਾ ਸੀ, ਹੁਣ ਗਰਮੀ ਦੇ ਦਿਨ ਆ ਗਏ, ਬਾਰਿਸ਼ ਦੇ ਦਿਨ ਆ ਗਏ। ਬਾਰਿਸ਼ ਦੇ ਦਿਨਾਂ ਦੇ ਵਿੱਚ ਝੱਖੜ ਦੇ ਵਿੱਚ ਸਾਨੂੰ ਕੁਝ ਸਮੱਸਿਆਵਾਂ ਆ ਰਹੀਆਂ ਨੇ। ਸਾਡੀ ਜਿਹੜੀ ਸਟੇਜ ਹੈ ਇਹਦੇ ਜਿਹੜੀਆਂ ਲੱਗੀਆਂ ਚਾਨਣੀਆਂ ਨੇ, ਕਈ ਵਾਰ ਝੱਖੜਾਂ ਨੇ ਅਖਾੜਤੀਆਂ ਪਾੜਤੀਆਂ, ਜਿਹਦੇ ਨਾਲ ਲੱਖਾਂ ਰੁਪਈਆਂ ਦਾ ਨੁਕਸਾਨ ਹੋ ਗਿਆ। ਫਿਰ ਵੀ ਅਸੀਂ ਹੋਰ ਲਿਆ ਕੇ ਚਲਾਉਣ ਦੀ ਕੋਸ਼ਿਸ਼ ਕੀਤੀ ਹੈ। ਇਹ ਰੋਜ਼ ਲਾਉਣੀਆਂ ਅਤੇ ਰੋਜ਼ ਲਾਉਣੀਆਂ ਪੈਂਦੀਆਂ ਨੇ, ਜਿਹਦੇ ਨਾਲ ਸਟੇਜ ਦਾ ਵਕਤ ਹੈ ਜਿਹੜਾ ਬਹੁਤ ਬਰਬਾਦ ਹੁੰਦਾ। ਅਤੇ ਆਉਣ ਵਾਲੇ ਸਮੇਂ ਦੇ ਵਿੱਚ ਬਰਸਾਤਾਂ ਨੇ ਹੋਰ ਵਧਣਾ, ਮੋਰਚੇ ਨੇ ਲੰਮਾ ਚੱਲਣਾ। ਇਸ ਕਰਕੇ ਦੇਸ਼ ਵਿਦੇਸ਼ ਦੇ ਵਿੱਚ ਬੈਠੇ ਹੋਏ, ਪੰਜਾਬ ਦੇ ਵਿੱਚ ਬੈਠੇ ਹੋਏ ਜਿਹੜੇ ਸੱਜਣਾਂ ਨੇ ਸਾਡੀ ਸਪੋਰਟ ਕੀਤੀ ਹੈ, ਅਸੀਂ ਬਹੁਤ ਹੀ ਧੰਨਵਾਦੀ ਹਾਂ ਉਹਨਾਂ ਦੇ। ਸਾਨੂੰ ਜਿਹੜੀਆਂ ਚੀਜ਼ਾਂ ਦੀ ਲੋੜ ਸੀ ਤੁਸੀਂ ਸਾਨੂੰ ਦਿੰਦੇ ਰਹੇ ਹੋ, ਅਤੇ ਹੁਣ ਵੀ ਤੁਸੀਂ ਸਾਡਾ ਸਹਿਯੋਗ ਪੂਰਾ ਦੇ ਰਹੇ ਹੋ, ਕਿਸੇ ਚੀਜ਼ ਦੀ ਘਾਟ ਨਹੀਂ। ਇੱਕ ਇਹ ਲੰਮੀ ਦਿੱਕਤ ਆ ਗਈ ਕਿ ਸਟੇਜ ਵਾਸਤੇ ਹੁਣ ਸ਼ੈੱਡ ਲਾਉਣ ਦੀ ਜਿਹੜੀ ਪ੍ਰਪੋਜ਼ਲ ਆ, ਸਾਡੇ ਵਾਸਤੇ ਇੱਕ ਮਜਬੂਰੀ ਬਣ ਗਈ ਵੀ ਇਹ ਸ਼ੈੱਡ ਬਣਾਉਣਾ ਪੈਣਾ, ਤਾਂ ਕਿ ਬਰਸਾਤ ਦੇ ਵਿੱਚ ਇਹ ਸਟੇਜ ਚੱਲ ਸਕੇ। ਬਰਸਾਤ ਦੇ ਵਿੱਚ ਜਿਹੜੀਆਂ ਚਾਨਣੀਆਂ ਪਾਟਦੀਆਂ ਨੇ ਉਹ ਨਾ ਪਾਟਣ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਠੰਡ ਵਗੈਰਾ ਧੁੰਦ ਦਾ ਵੀ ਅਸਰ ਇਹ 'ਤੇ ਨਾ ਹੋਵੇ। ਅਸੀਂ ਸਮਝਦੇ ਹਾਂ ਵੀ ਜਿਹੜੇ ਸੱਜਣ ਸਾਡੀ ਸਹਿਯੋਗ ਕਰ ਰਹੇ ਨੇ ਮੋਰਚਾ ਦਾ, ਉਹ ਹੋਰ ਪਾਸੇ ਹੋਰ ਚੀਜ਼ਾਂ ਦੇਣ ਦੀ ਬਜਾਏ ਜਿਹੜਾ ਵੀ ਮੋਰਚੇ ਦੀ ਸਹਾਇਤਾ ਦੇ ਵਿੱਚ ਤਿਲ ਫਿਰ ਪਾਉਣਾ ਚਾਹੁੰਦੇ ਨੇ, ਉਹ ਸਟੇਜ ਨਾਲ ਜਥੇਬੰਦੀ ਨਾਲ ਸੰਪਰਕ ਕਰਨ। ਅਤੇ ਜਿੰਨਾ ਚਿਰ ਤੱਕ ਸਟੇਜ ਦਾ ਇਹ ਆਪਣੇ ਇਸ ਆਪਣੇ ਸ਼ੈੱਡ ਦਾ ਕੰਮ ਨਹੀਂ ਪੂਰਾ ਹੁੰਦਾ, ਉਹਨਾਂ ਚਿਰ ਹੋਰ ਚੀਜ਼ਾਂ 'ਤੇ ਪੈਸਾ ਖਰਚ ਨਾ ਕਰਨ, ਇੱਧਰ ਹੀ ਜਿਹਦਾ ਤਿਲ ਫੁੱਲ ਆ ਉਹ ਪਾਉਣ, ਇਹ ਸਾਡੀ ਬੇਨਤੀ ਪ੍ਰਵਾਨ ਕਰਨ। ਅਸੀਂ ਸ਼ੁਰੂ ਕਰ ਰਹੇ ਹਾਂ ਅੱਜ ਜਾਂ ਕੱਲ੍ਹ ਤੋਂ ਇਸ ਪ੍ਰੋਜੈਕਟ ਨੂੰ। ਬਹੁਤ ਸਾਰੇ ਸੱਜਣਾਂ ਦੀ ਹਮਾਇਤ ਦਾ ਸਾਨੂੰ ਫੋਨ ਆ ਵੀ ਗਿਆ, ਅਤੇ ਬਾਕੀ ਜਿਹੜੇ ਸੱਜਣਾਂ ਨੇ ਵੀ ਕਰਨੀ ਹੈ ਉਹ ਵੀ ਸਾਨੂੰ ਇਸ ਸ਼ੈੱਡ ਵਾਸਤੇ ਹੀ ਸਾਨੂੰ ਸਹਾਇਤਾ ਭੇਜਣ, ਇਹਦੇ ਵਿੱਚ ਹੀ ਤਿਲ ਫੁੱਲ ਪਾਉਣ। ਤੁਹਾਡੇ ਬਹੁਤ ਬਹੁਤ ਹੀ ਧੰਨਵਾਦੀ ਹੋਵਾਂਗੇ, ਤੁਸੀਂ ਪਹਿਲਾਂ ਵੀ ਬਹੁਤ ਸਹਿਯੋਗ ਦਿੱਤਾ, ਅੱਗੇ ਵੀ ਤੁਹਾਡੇ ਸਹਿਯੋਗ ਦੀ ਅਸੀਂ ਆਸ ਕਰਾਂਗੇ। ਤੁਹਾਡਾ ਬਹੁਤ ਬਹੁਤ ਧੰਨਵਾਦ।